तेल गला भक्ति ठरानी घरी न रखे को
Hey,
Oh,
ਸੰਬੰਧਿਤ ਕਰਕੇ ਯਾਦ ਕਰਾਇਆ।
जीवन ये शरीर एक ऐसा खूबसूरत मंदिर बना देता है, पर सोचियो जिस मंदिर में ज्योति ना जगदी होवे, दीवा ही ना जगदा होवे, कुछ नहीं दिसना, ते जिथे कुछ दिसेगा नहीं उथे बेरौनकी हो जाए। उस घर नूं लोग सुनना आखदे जिथे शामां नूं दीवा बत्ती भी ना होवे, बल्कि कोई प्रवना भी घर आवे ना ते घर दियां लाइटां बुझियां होवन। अंदाजा लगा रहा है घर खाली पे है, कोई नहीं रहता अजकल, कोई घर विच कोई रौनक नहीं, क्योंकि रौनक की निशानी ही दीवा बत्ती, आराम भी इतो होंगे। ज्यो ज्यो दीवा बत्ती वधदा जांदा है त्यों त्यों ही रौनक वधदी जाती है। मैं एक बार की थी किसी के घर विवाह हो गए, दिवाली हो गए, कि पता लगता है बनेरे से लाइटा बहुत होंगे, घर अंदर दीवे आ बना लो ज्यादा रोशनी ज्यादा होती है। दीवा बत्ती का निशानी इस गल की है कि घर कोई रौनक है, कि जिस दिन दीवा बत्ती बुझ जाए उस दिन घर सुनना है, कुछ नहीं। तो जब कुछ दिन सुनना रह जाए फिर खंडर हो जाता है। मेरे रब ने ये शरीर ये जीवन बड़ा खूबसूरत मंदिर बना देता, सोचिए कितने सुनना ही ना हो जाए, क्योंकि चल पहल तक कायम करन कुछ दिसे नहीं। ਇਹ ਗੱਲ ਵੱਖਰੀ ਹੈ ਕਿ ਮਨੁੱਖ ਜਿਹੜਾ ਮੰਦਰ ਦਾ ਵਸਨੀਕ ਹੈ ਉਹਨੂੰ ਉਸ ਮੰਦਰ ਦੇ ਅੰਦਰ ਜੋ ਕੁਝ ਹੈ ਦਿਸਦਾ ਹੈ, ਨਹੀਂ ਜਿਹੜੇ ਸੰਬੰਧਿਤ ਹੁੰਦੇ ਨੇ ਉਹ ਹੀ ਦੇਖਦੇ। ਮੇਰੇ ਮਾਲਕ ਨੇ ਇਹਦੇ ਅੰਦਰ ਦੀਵਾ ਜਗਾ ਦਿੱਤਾ, ਸ਼ਕਤੀ ਦੀ ਬੱਤੀ ਪਾ ਕੇ ਮੂੰਹ ਵਿੱਚ ਦੀਵੇ ਦਾ ਇੱਕ ਮੂੰਹ ਹੁੰਦਾ, ਕੁਛ ਕਦੀ ਪੁਰਾਤਨ ਸਮੇਂ ਅੰਦਰ ਵੇਖੋ ਮਿੱਟੀ ਦੇ ਦੀਵੇ ਲਿਆ ਕੇ ਉਹਨਾਂ ਦੇ ਇੱਕ ਸਾਈਡ 'ਤੇ ਇੱਕ ਮੁੱਖ ਬਣਿਆ ਹੁੰਦਾ, ਮੂੰਹ ਬਣਿਆ ਹੁੰਦਾ, ਉਹਦੇ ਵਿੱਚ ਬੱਤੀ ਟਿਕਦੀ, ਉਹਦੇ ਵਿੱਚ ਬੱਤੀ ਟਿਕਦੀ ਹੈ, ਅਤੇ ਤੇਲ ਬੱਤੀ ਦੇ ਪਿੱਛੇ ਦੀਵੇ ਵਿੱਚ ਪੈਂਦਾ। ਇਹ ਗੱਲ ਵੱਖਰੀ ਹੈ, ਜਿਉਂ ਜਿਉਂ ਦੀਵਾ ਬਲਦਾ ਰਹਿੰਦਾ ਹੈ ਬਲਦਾ ਰਹਿੰਦਾ, ਰੋਸ਼ਨੀ ਰਹਿੰਦੀ ਹੈ, ਘਰ ਦੀ ਰੌਣਕ ਬਣੀ ਰਹਿੰਦੀ ਹੈ, ਲੋਕ ਵੀ ਆਉਂਦੇ ਨੇ, ਰੌਣਕ ਮੰਨਦੇ ਨੇ, ਇੱਕ ਦੂਜੇ ਨੂੰ ਪਛਾਣਦੇ ਵੀ ਨੇ, ਓਨੀ ਦੇਰ ਜਿੰਨੀ ਦੇਰ ਉਹ ਦੀਵਾ ਬਲਦਾ ਰਹਿੰਦਾ ਹੈ। ਖੇਡਦੇ ਆਪਣੇ ਆਪਣੇ ਵਿਹਾਰ ਕਰਦੇ ਨੇ, ਜਿੰਨੀ ਦੇਰ ਦੀਵਾ ਬਲਦਾ ਰਹਿੰਦਾ, ਇੱਕ ਦੂਜੇ ਨੂੰ ਜਾਣਦੇ ਵੀ ਨੇ, ਪਛਾਣਦੇ ਵੀ, ਕਲਵਕੜੀਆਂ ਪਾਉਂਦੇ, ਜਿੰਨੀ ਦੇਰ ਦੀਵਾ ਬਲਦਾ ਰਹਿੰਦਾ। ਅਤੇ ਜਿਸ ਵੇਲੇ ਤੇਲ ਮੁੱਕ ਜਾਏ, ਤੇਲ ਮੁੱਕ ਜਾਏ ਘਰਾਂ ਵਿੱਚ, ਤਾਂ ਆਮ ਲੋਕ ਦੁਬਾਰਾ ਤੇਲ ਪਾ ਲੈਂਦੇ ਨੇ, ਅਜੇ ਬਲਣ ਦੀ ਲੋੜ ਹੈ, ਬਲਦਾ ਰਹਿ ਜਾਂਦਾ। ਪਰ ਜੇ ਤੇਲ ਮੁੱਕ ਜਾਏ, ਬੱਤੀ ਬੇਸ਼ੱਕ ਹੋਵੇ ਪਰ ਉਹ ਸਾਰੀ ਬੱਤੀ ਦੀ ਰੋਸ਼ਨੀ ਨਾਲ ਦੀ ਨਾਲ ਇੱਕਦਮ ਖਤਮ ਹੋ ਜਾਂਦੀ ਹੈ, ਤੇਲ ਕੋਈ ਨਹੀਂ। ਇਹਦੇ ਰੱਬ ਨੇ ਇਸ ਤਣ ਦੇ ਇਸ ਜੀਵਨ ਦੇ ਦੀਵੇ ਵਿੱਚ ਸ਼ਕਤੀ ਦੀ ਬੱਤੀ ਰੱਖ ਦਿੱਤੀ, ਕਿਉਂਕਿ ਸ਼ਕਤੀ ਬਿਨਾਂ ਦੇਖ ਨਹੀਂ ਸਕਦਾ, ਸ਼ਕਤੀ ਬਿਨਾਂ ਬੋਲ ਨਹੀਂ ਸਕਦਾ, ਕੋਈ ਐਨਰਜੀ ਹੁੰਦਾ ਹੈ ਸੁਣ ਨਹੀਂ ਸਕਦਾ, ਤੁਰ ਨਹੀਂ ਸਕਦਾ, ਕਰ ਨਹੀਂ ਸਕਦਾ। ਪਰ ਇਹ ਸਾਰਾ ਕੁਝ, ਇਹ ਸਾਰੀ ਸ਼ਕਤੀ ਕਿਵੇਂ ਚੱਲ ਰਹੀ ਹੈ? ਕਿਉਂਕਿ ਆਖਿਓ ਨੇ ਇਹਦੇ ਮਗਰ ਸਵਾਸਾਂ ਦਾ ਤੇਲ ਪਾ ਦੇ, ਉਹ ਵੀ ਮੇਰੇ ਰੱਬ ਨੇ ਪਾ ਦਿੱਤਾ।
ਸਵਾਸਾਂ ਦਾ ਤੇਲ ਪਾ ਦਿੱਤਾ। ਹੁਣ ਜਿਉਂ ਜਿਉਂ ਦੀਵਾ ਬਲ ਰਿਹਾ ਤਿਉਂ ਤਿਉਂ ਸਵਾਸਾਂ ਦਾ ਤੇਲ ਮੁੱਕ ਰਿਹਾ। ਤੇਲ ਮੁੱਕਦਾ, ਸੁਭਾਅ ਬਣਦਾ, ਤੇਲ ਸੁੱਕਦਾ, ਆਖਰ ਤੇਲ ਨੇ ਖਤਮ ਹੋਣਾ। ਔਰ ਕਿਹੜੀ ਅਜੀਬ ਗੱਲ ਹੈ, ਆਹ ਦੁਨੀਆਂ ਦੇ ਦੀਵੇ ਵਿੱਚ ਤਾਂ ਤੇਲ ਮੁੱਕ ਜਾਏ ਤੂੰ ਦੁਬਾਰਾ ਪਾ ਦਿੰਦਾ, ਉਹ ਤੇਲ ਤੇ ਤੇਰੇ ਕੋਲ ਹੈ ਹੀ ਨਹੀਂ, ਵਿਸ਼ਵਾਸ ਮੁੱਕ ਗਿਆ ਨਹੀਂ ਤਾਂ ਦੁਬਾਰਾ ਪਾ ਦਿੰਦਾ। ਉਹ ਤਾਂ ਇੱਕੋ ਵਾਰੀ ਮੇਰੇ ਰੱਬ ਨੇ ਪਾ ਦਿੱਤਾ ਤੇਲ। ਤੇ ਇਸ ਦੀਵੇ ਨੇ ਓਨੀ ਦੇਰ ਹੀ ਬਲਣਾ ਜਿੰਨੀ ਦੇਰ ਇਹਦੇ ਵਿੱਚੋਂ ਸਵਾਸਾਂ ਦਾ ਤੇਲ ਰਿਹਾ। ਜਿਸ ਦਿਨ ਸਵਾਸਾਂ ਦਾ ਤੇਲ ਮੁੱਕ ਗਿਆ ਦੀਵੇ ਨੇ ਬੁੱਝ ਜਾਣਾ ਹੈ, ਤੇ ਜਿਸ ਵੇਲੇ ਦੀਵਾ ਬੁੱਝ ਗਿਆ ਤੈਨੂੰ ਤੇ ਨਾਲਦੇ ਦਾ ਪਤਾ ਨਹੀਂ ਲੱਗਣਾ, ਨਾਲਦੇ ਨੇ ਤੈਨੂੰ ਨਹੀਂ ਦੇਖ ਸਕਣਾ, ਇੱਕ ਦੂਜੇ ਦੇ ਸਾਰੇ ਰਿਸ਼ਤੇ ਖਤਮ ਹੋ ਜਾਣੇ ਨੇ, ਘਰ ਹੀ ਸੁਣਨਾ ਹੋ ਜਾਣਾ, ਲੋਕਾਂ ਨੇ ਵੀ ਸਮਝ ਲੈਣਾ ਤੇ ਘਰ ਹੁਣ ਸੁਣਨਾ ਹੈ, ਕਿਉਂਕਿ ਇਹਦੇ ਵਿੱਚ ਬੱਤੀ ਬੁੱਝ ਗਈ ਹੈ, ਇਹਦੇ ਵਿੱਚ ਦੀਵਾ ਬੁੱਝ ਗਿਆ, ਰੋਸ਼ਨੀ ਖਤਮ ਹੋ ਗਈ ਹੈ। ਹੁਣ ਤਾਂ ਪਛਾਣ ਵੀ ਖਤਮ, ਹੁਣ ਤੱਕ ਜਿਹੜੇ ਗਲਵਕੜੀਆਂ ਪਾਉਂਦੇ ਸਨ ਉਹ ਹੁਣ ਇਸ ਅੰਧੇਰੇ ਦੇ ਰੂਪ ਵਿੱਚ ਤੈਨੂੰ ਪਛਾਣਨਗੇ ਵੀ ਨਹੀਂ। ਇੱਕ ਐਗਜ਼ਾਮਪਲ ਦੇ ਕੇ ਬਾਬਾ ਕਬੀਰ ਜੀ ਤੇਰੇ ਜੀਵਨ ਦੀ ਕਹਾਣੀ ਤੈਨੂੰ ਸਮਝਾਉਣਾ ਚਾਹੁੰਦੇ ਤੇ ਕਹਿੰਦੇ ਨੇ, ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝੇ ਸਭ ਕੋਈ। ਮਨ ਆਪਣੇ ਆਪ ਲੱਗਾ ਹੋਇਆ, ਇੰਦਰੇ ਆਪਣੇ ਆਪਣੇ ਕੰਮ ਲੱਗੀਆਂ ਹੋਈਆਂ, ਆਪਣਾ ਕੰਮ ਕਰੀ ਜਾਂਦੀ, ਜ਼ਬਾਨ ਆਪਣਾ ਕੰਮ ਕਰੀ ਜਾਂਦੀ, ਹਰ ਕੋਈ ਆਪਣੇ ਆਹ ਲੱਗਾ ਹੋਇਆ। ਪਰ ਓਨੀ ਦੇਰ ਜਿੰਨੀ ਦੇਰ ਰੋਸ਼ਨੀ ਹੈ, ਦੀਵਾ ਬਲ ਰਿਹਾ ਹੈ, ਤੇਲ ਬਾਕੀ ਹੈ। ਅਰੇ ਖਿਆਲ ਕਰੀ, ਤੇਲ ਜਲੇ ਤੇਲ ਜਲੇ ਬਾਤੀ ਠਹਿਰੇ, ਸਵਾਸਾਂ ਦਾ ਤੇਲ ਜਲ ਗਿਆ, ਸਵਾਸਾਂ ਦਾ ਤੇਲ ਮੁੱਕ ਗਿਆ, ਉਸ ਵੇਲੇ ਬੱਤੀ ਖਤਮ ਹੋ ਜਾਏਗੀ, ਸਾਰੀ ਸ਼ਕਤੀ ਖਤਮ ਹੋ ਜਾਏ। ਰਿਸ਼ਤੇਦਾਰ ਕੀਰ ਨੇ ਪਾਪਾ ਕਈ ਵਾਰ ਆਪਣੀਆਂ ਗੱਲਾਂ ਪੁੱਛਦੇ ਨੇ, ਕੋਈ ਜਵਾਬ ਨਹੀਂ। ਕਫਨ ਵੀ ਕੋਈ ਲਾ ਕੇ ਲੈ ਜਾਏ, ਕਦੇ ਇਹਨੇ ਆਵਾਜ਼ ਨਹੀਂ ਦਿੱਤੀ ਕਫਨ ਮੇਰਾ ਹੈ। ਸੋਨਾ ਮੰਦਰ ਸਾਰਾ ਮੰਦਰ ਹੀ ਮਹਿਲ ਹੀ ਸੁਣਿਆ ਹੋ ਗਿਆ। ਇਸ ਲਈ ਬਾਬਾ ਕਬੀਰ ਜੀ ਨੇ ਕਈ ਥਾਂ ਇਹੋ ਜਿਹੇ ਇਸ ਸਬਜੈਕਟ ਉੱਤੇ ਬੜੇ ਸ਼ਬਦ ਨੇ ਬਾਬਾ ਕਬੀਰ ਜੀ ਬੜੀ ਚੰਗੀ ਤਰ੍ਹਾਂ ਸਮਝਾ ਕੇ ਕਹਿਣ ਲੱਗੇ। ਮੈਂ ਹੁਣ ਪੁੱਛਣਾ ਹੈ ਬੋਲਣ ਵਾਲੇ, ਹੁਣ ਤਾਂ ਕਥਾ ਵਾਰਤਾ ਕਹਿਣ ਵਾਲੇ ਕਹਾਂ ਗਏ? ਬਾਬਾ ਬੋਲਦੇ ਤੇ ਕਹਾਂ ਗਏ? ਦੇਹੀ ਕੇ ਸਗਰੇ ਸੁਰਤ ਮੈਂ ਜੋ ਨਿਰਤੇ ਕਰਦੇ, ਕਥਾ ਵਾਰਤਾ ਕਹਿਤੇ ਕਹਾਂ ਗਏ? ਚੌਥੇ ਨਗਰ ਸੁਣਿਆ ਹੋ ਗਿਆ, ਹੁਣ ਸੁਣੀ ਨਗਰ ਕੌਣ ਵਸੇ? ਹਰਿਮੰਦਰ ਸੁਣਿਆ ਹੋ ਗਿਆ, ਇੱਥੇ ਬੱਤੀ ਜੋਤ ਕੋਈ ਨਹੀਂ, ਇੱਥੇ ਦੀਵਾ ਨਹੀਂ ਬਲ ਰਿਹਾ, ਹੁਣ ਇਸ ਅੰਧੇਰੇ ਦੇ ਨਗਰੇ ਅੰਧੇਰੇ ਦੇ ਮੰਦਰ ਵਿੱਚ ਕੌਣ ਵਸੇ? ਜੀਵ ਛੱਡ ਕੇ ਚਲਾ ਗਿਆ। ਕਹਿਣ ਲੱਗੇ ਤੇਲ ਜਲੇ ਰੇ ਬੋਰੇ
ਤੈਨੂੰ ਇਸ ਸੁੰਨੇ ਅੰਧੇਰੇ ਦੇ ਮੰਦਰ ਨੂੰ ਕਿਸੇ ਨੇ ਸੰਭਾਲਣਾ ਨਹੀਂ। ਫਿਰ ਆਖਣਗੇ ਛੇਤੀ ਇਹਨੂੰ ਘਰੋਂ ਕੱਢੋ। ਕਹਿਣ ਲੱਗੇ ਕਾਕੀ ਮਾਤ ਪਿਤਾ ਆਖੋ ਕਾਕੋ ਜਿਨ੍ਹਾਂ ਰਿਸ਼ਤਿਆਂ ਤੇ ਜਿਸ ਭਾਈਚਾਰੇ ਤੇ ਮਾਣ ਕਰਨਾ ਕਿ ਤੇਰਾ ਚੌਗਿਰਦਾ ਨਹੀਂ ਛੱਡਦੇ, ਤੇਰੀਆਂ ਰੌਣਕਾਂ ਮੰਨਦੇ ਨੇ, ਸਭ ਤੋਂ ਜ਼ਿਆਦਾ ਨਿਉ ਤਾਂ ਭਾਈਚਾਰੇ ਵਿੱਚ ਮਾਂ ਬਾਪ ਦਾ ਹੁੰਦਾ ਹੈ, ਜਿਹਨਾਂ ਨੇ ਪਾਲਿਆ, ਜਿਹਨਾਂ ਦੇ ਮੂੰਹ ਚੋਂ ਗਰਾਹੀਆਂ ਕੱਢ ਕੱਢ ਦੁੱਖਾਂ ਦੀਆਂ ਨੇ। ਇੰਨਾ ਨੇੜਤਾ ਰੱਖਣ ਵਾਲਾ ਸਭ ਤੋਂ ਨੇੜੇ ਦਾ ਰਿਸ਼ਤਾ ਹੈ ਮਾਂ ਬਾਪ ਦਾ। ਕਹਿਣ ਲੱਗੇ ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸੰਸਾਰ, ਕਾਕੀ ਮਾਤ ਪਿਤਾ ਕੋ ਕਾਕੋ ਕੀ ਤੈਨੂੰ ਮਾਂ ਬਾਪ ਜੇ ਪਤਾ ਹੋਣ ਤਾਂ ਤੈਨੂੰ ਵਾਪਸ ਲੈ ਸਕਦੇ ਨੇ, ਸੰਭਾਲ ਸਕਦੇ ਨੇ, ਰੱਖ ਸਕਦੇ ਨੇ? ਕੌਣ ਪੁਰਖ ਕੀ ਜੋਈ, ਕਿਹੜਾ ਕੋਈ ਆਦਮੀ ਹੈ ਜਿਹੜਾ ਆਖੇ ਮੇਰੀ ਪਤਨੀ ਮੇਰੇ ਮਰਨ ਤੋਂ ਬਾਅਦ ਵੀ ਮੇਰਾ ਸਾਥ ਦੇ, ਉਹ ਨਹੀਂ ਛੱਡੇਗੀ। ਜੀਵਨ ਸਾਥ ਨਾ ਆਖਦੇ ਨੇ, ਮਨ ਸਾਥ ਨਹੀਂ ਆਖਦੇ, ਇਹ ਵੀ ਬੜੀ ਵੱਡੀ ਗੱਲ ਹੈ। ਸਿਆਣਿਆਂ ਨੇ ਉਹਦਾ ਨਾਮ ਹੀ ਜੀਵਨ ਸਾਥ ਆਖਿਆ, ਮਨ ਸਾਥ ਨਹੀਂ ਆਖਿਆ। ਪੁਰਖ ਦੀ ਜੋਈ ਕੱਟ ਫੁੱਟੇ ਕੋਈ ਬਾਤ ਨਾ ਪੁੱਛੇ, ਜਿਸ ਵੇਲੇ ਇਹ ਸਰੀਰ ਦਾ ਮੰਦਰ ਟੁੱਟ ਗਿਆ, ਘੜਾ ਟੁੱਟ ਗਿਆ, ਕਿਸੇ ਨੇ ਬਾਤ ਨਹੀਂ ਪੁੱਛਣੀ, ਨੇੜੇ ਕੋਲ ਬਹਿਣਾ ਵੀ ਪਸੰਦ ਨਹੀਂ ਕਰਨਾ, ਕਾਢੋ ਕਾਢੋ ਹੋਈ ਛੇਤੀ ਕਰੋ ਇਹਨੂੰ। ਰਾਤ ਘਰ ਪਾਉਣੀ ਰੱਖਣੀ ਔਖੀ ਹੋ ਜਾਏਗੀ, ਇਸ ਲਈ ਜੇ ਹੋ ਸਕੇ ਤਾਂ ਅੱਜੇ ਹੀ ਸੰਸਕਾਰ ਕਰ ਲਿਓ। ਬਾਬਾ ਕਵਿਤੀ ਨੇ ਸਾਡੇ ਨਾਲ ਹੱਡ ਬੀਤੀ ਦੀ ਕਹਾਣੀ ਸਾਨੂੰ ਸੁਣਾਉਣੀ ਚਾਹੀਦੀ, ਅਜੇ ਇਹਦੇ ਵਿੱਚ ਕੋਈ ਗੱਲ ਗਲਤ ਹੋਵੇ ਤਾਂ ਦੱਸਿਓ। ਸਾਡੀ ਕਹਾਣੀ ਅਸੀਂ ਆਪ ਨਾਲ ਸੁਣਨਾ ਚਾਹੀਦੀ, ਅਸੀਂ ਆਪੇ ਤਾਂ ਯਾਦ ਕਰਦੇ ਹੀ ਨਹੀਂ। ਕੱਟ ਫੁੱਟੇ ਕੋਈ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ ਛੇਤੀ ਕਰੋ। ਜੇ ਕਈ ਵਾਰ ਕੋਈ ਰਿਸ਼ਤੇਦਾਰ ਘਰ ਆਉਣ ਤੇ ਦੇਰ ਦੂਰ ਨੂੰ, ਅੱਜ ਕੱਲ੍ਹ ਦੇ ਯੁੱਗ ਅੰਦਰ ਦੂਰੋਂ ਜਾਣਾ ਪੈਂਦਾ ਕਈਆਂ ਨੂੰ, ਤੇ ਰੋਕਣ ਵੀ ਦੋ ਚਾਰ ਦਿਨ ਰੱਖ ਲਓ, ਕਹਿੰਦੇ ਫਿਰ ਹੋਸਪਿਟਲ ਲਗਾ ਦੇ, ਘਰ ਨਹੀਂ ਰੱਖਿਆ ਜਾਣਾ। ਭਰਿਆ ਜਿਸ ਵਿਅਕਤੀ ਨੇ ਇੱਕ ਇੱਕ ਇੱਟ ਕਰਕੇ ਇਹ ਘਰ ਬਣਾਇਆ ਹੈ, ਉਹ ਹੀ ਹੁੰਦਾ ਜਿਸਨੇ ਆਪਣੇ ਦੁੱਖਾਂ ਸੁੱਖਾਂ ਦੀਆਂ ਕਮਾਈਆਂ ਨਾਲ ਦਿਨ ਰਾਤ ਇੱਕ ਕਰਕੇ ਇੱਕ ਇੱਕ ਇੱਟ ਜੋੜ ਕੇ ਇਹ ਮਹੱਲ ਖੜਾ ਕੀਤਾ ਹੈ, ਉਹਨੂੰ ਉਸ ਮਹੱਲ ਵਿੱਚ ਰਹਿਣ ਲਈ ਇੱਕ ਦਿਨ ਵੀ ਕੋਈ ਇਜਾਜ਼ਤ ਨਹੀਂ ਦਿੰਦਾ। ਬਾਬਾ ਕਬੀਰ ਜੀ ਨੇ ਇਸੇ ਲਈ ਹੱਥ ਤਾਂ ਕਹਿਣ ਲੱਗੇ, ਫਰੀਦ ਜੀ ਨੇ ਦੇਵਰੀ
ਪਾਇਆ ਕਿ ਮਾਂ ਦਰਵਾਜ਼ੇ ਦੀ ਅੰਦਰਲੀ ਜਮ ਚ ਬੈਠ ਕੇ ਵਿਰਲਾਪ ਕਰਨ ਲੱਗੀ। ਰੋਣ ਤੋਂ ਜ਼ਿਆਦਾ ਹੋਰ ਕੋਈ ਚਾਰਾ ਨਹੀਂ, ਤੇਲ ਮੁੱਕ ਗਿਆ ਘਰ ਸੁਣਿਆ ਹੋ ਗਿਆ ਇਹਨਾਂ। ਦਿਓਰੀ ਬੈਠੀ ਮਾਤਾ ਰੋਵੇ ਦਰਵਾਜ਼ੇ ਦੀ ਦੇਰੀਆਂ ਵਿੱਚ ਬੈਠੀ ਹੋਈ, ਮਾਂ ਕੀਰਨੇ ਪਾਉਂਦੀ ਹੈ, ਚੀਕਾਂ ਪਾ ਮਾਰਦੀ ਹੈ, ਮੇਰੇ ਪੁੱਤਰ ਨੂੰ ਕਿਉਂ ਲਿਜਾ ਰਹੇ ਹੋ, ਕਿੱਥੇ ਲਿਜਾ ਰਹੇ ਹੋ। ਕਹਿੰਦੇ ਨੇ ਕਿ ਸਿਕੰਦਰ ਦੀ ਮਾਂ ਨੇ ਵੀ ਇੱਕ ਦਿਨ ਜਾ ਕੇ ਜਿੱਥੇ ਸਿਕੰਦਰ ਨੂੰ ਦਫਨਾਇਆ ਗਿਆ ਸੀ ਉੱਥੇ ਵਿਰਲਾਪ ਕੀਤਾ। ਇਹਨੇ ਆਵਾਜ਼ ਆਈ ਕਬਰਸਤਾਨ ਵਿੱਚੋਂ, ਆਵਾਜ਼ ਉਹਨੇ ਕੀ ਸੀ, ਮਨ ਦੀਆਂ ਅਵਸਥਾਵਾਂ ਨੂੰ ਲੋਕਾਂ ਨੇ ਬਿਆਨ ਕੀਤਾ ਹੈ, ਗੀਤਕਾਰਾਂ ਨੇ ਵੀ, ਸਾਹਿਤਕਾਰਾਂ ਨੇ ਵੀ ਇਹੋ ਜਿਹੇ ਹਾਲਾਤਾਂ ਵਿੱਚ ਬੀਤੇ ਹੋਏ ਸਮੇਂ ਨੂੰ ਬਿਆਨ ਕੀਤਾ ਹੈ। ਆਵਾਜ਼ ਆਈ, ਮਾਂ ਕਿਸ ਕਦਰ ਨੂੰ ਰੋਣੀ ਹੈ, ਇਹ ਆਪਣੇ ਪੁੱਤਰ ਸਿਕੰਦਰ ਕੋਈ ਬਹੁਤੇ ਥੋੜੋ ਹੋ ਸਕਦੇ ਨੇ, ਭੁੱਲ ਗਈ ਆ ਮਾਂ, ਇੱਥੇ ਇੱਥੇ ਕਦਮ ਧਰਿਆ ਤੈਨੂੰ ਪਤਾ ਲੱਗੇਗਾ ਜ਼ਮੀਨ ਧਰਤੀ ਦੀ ਤਹਿ ਥੱਲੇ ਕਿੰਨੇ ਕੁ ਸਿਕੰਦਰ ਜਾ ਚੁੱਕੇ ਨੇ। ਕਹਿੰਦੇ ਸਿਕੰਦਰ ਜਦੋਂ ਮੌਤ ਦਾ ਸਮਾਂ ਆਇਆ, ਨਜ਼ਦੀਕੀਆਂ ਨੂੰ ਬੁਲਾਇਆ ਉਸ ਤੇ ਕਹਿਣ ਲੱਗਾ, ਮੇਰੀ ਇੱਕ ਅੰਤਮ ਇੱਛਾ ਹੈ ਕਿ ਜਦੋਂ ਮੈਨੂੰ ਕਫਨ ਵਿੱਚ ਲਪੇਟੋ ਤਾਂ ਮੇਰੇ ਦੋਨੋਂ ਹੱਥ ਕਫਨ ਤੋਂ ਬਾਹਰ ਕੱਢ ਦੇਣਾ। ਹੈਰਾਨ ਹੋਏ, ਇਹਦਾ ਮਤਲਬ ਜਵਾਬ ਬੜਾ ਖੂਬਸੂਰਤ ਸੀ। ਕਹਿਣ ਲੱਗੇ ਲੋਕ ਕਿਤੇ ਇਹ ਨਾ ਸਮਝ ਲੈਣ, ਇੰਨੀ ਦੁਨੀਆਂ 'ਤੇ ਰਾਜ ਕਰਨ ਵਾਲਾ, ਇੰਨੇ ਵੱਡੇ ਵੱਡੇ ਖਜ਼ਾਨਿਆਂ ਦਾ ਮਾਲਕ ਕੁਝ ਨਾਲ ਵੀ ਲੈ ਗਿਆ ਹੈ, ਕੁਝ ਲੈ ਗਿਆ। ਸਿਕੰਦਰ ਆਜ਼ਮ ਜਬ ਜਹਾਂ ਸੇ ਚਲਾ ਤੋ ਹਾਥ ਖਾਲੀ ਕਫਨ ਸੇ ਬਾਹਰ ਥਾ, ਹੱਥ ਖਾਲੀ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਣਾ ਜਾਣਾ ਕੁਝ ਨਹੀਂ। ਦਿਓਰੀ ਬੈਠੀ ਮਾਤਾ ਰੋਵੇ, ਖਟੀਆਂ ਲੈ ਗਿਆ ਭਾਈ, ਖਟੀਆਂ ਤੋਂ ਬਾਪ ਅਰਥੀ ਖਟੀਆ ਵਰਗੀ ਹੁੰਦੀ ਹੈ, ਮੰਜੀ ਵਰਗੀ ਹੁੰਦੀ ਹੈ, ਖਟੀਆਂ ਲੈ ਕੇ ਭਾਈ ਭਰਾਵਾਂ ਨੇ ਅਰਥੀ ਉਠਾ ਲਈ, ਮਾਂ ਦਰਵਾਜ਼ੇ ਤੇ ਰੋਂਦੀ ਰਹਿ ਗਈ। ਲੱਟ ਛਿਟਕਾਏ ਤਰੀਆ ਰੋਵੇ, ਲੱਟ ਕਹਿੰਦੇ ਨੇ ਕੇਸਾਂ ਨੂੰ, ਲੇਟਾਂ ਕਹਿੰਦੇ ਲੇਟਾਂ ਕੇਸਾਂ ਨੂੰ, ਲੇਟਾਂ ਛਿਟਕਾਏ ਦਾ ਮਤਲਬ ਖੋਲ ਕੇ ਗਏ, ਕਿਉਂਕਿ ਪੁਰਾਣੇ ਸਮੇਂ ਅੰਦਰ ਰਿਵਾਜ਼ ਨੂੰ ਅੱਜ ਕੱਲ੍ਹ ਤੇ ਹਰ ਕੋਈ ਖੋਲੀ ਹੁੰਦਾ। ਪੁਰਾਣੇ ਸਮੇਂ ਅੰਦਰ ਜਦੋਂ ਪਤੀ ਮਰਦਾ ਸੀ ਉਸ ਟਾਈਮ ਤੇ ਇਸਤਰੀ ਵਾਲ ਖੋਲ ਦਿੰਦੀ ਸੀ, ਇਹ ਬਦਸ਼ਕ ਨਹੀਂ ਹੁੰਦੀ, ਵਾਲ ਖੋਲ ਦਿੰਦੀ ਸੀ, ਤੇ ਜਦੋਂ ਵਿਆਹ ਦਾ ਸਮਾਂ ਹੁੰਦਾ ਸੀ ਉਦੋਂ ਸਪੈਸ਼ਲ ਗੁੰਦਾਈ ਹੁੰਦੀ ਸੀ ਵਾਲਾਂ ਦੀ, ਵਾਲਾਂ ਦੀ ਗੁੰਦਾਈ ਪਤੀ ਦੇ ਮਿਲਾਪ ਦੀ ਨਿਸ਼ਾਨੀ ਮੰਨੀ ਜਾਂਦੀ ਸੀ, ਤੇ ਪਤੀ ਦੇ ਵਿਛੋੜੇ ਦੀ ਨਿਸ਼ਾਨੀ ਹੁੰਦੀ ਸੀ ਕੇਸ ਖੋਲ ਦੇ। ਇੱਥੇ ਕੇਵਲ ਐਗਜ਼ਾਮਪਲ ਵਜੋਂ ਲਫ਼ਜ਼ ਵਰਤਿਆ। ਦਿਓਰੀ ਬੈਠੀ ਮਾਤਾ ਰੋਵੇ, ਖਟੀਆਂ ਲੈ ਗਏ ਭਾਈ, ਲੱਟ ਛਿਟਕਾਏ ਤਰੀਆ ਰੋਵੇ, ਕੇਸ ਖੋਲ ਕੇ ਲੇਟਾਂ ਨੂੰ ਖੋਲ ਕੇ ਤਰਿਆ ਰੋ ਰਹੀ ਹੈ ਇਸ ਗੱਲ ਦੀ ਨਿਸ਼ਾਨੀ ਵਜੋਂ ਕਿ ਅੱਜ ਮੈਂ ਵਿਛੜ ਗਈ ਹਾਂ, ਪਰ ਕੋਈ ਚਾਰਾ ਨਹੀਂ। ਕਹਿਣ ਲੱਗੀ ਮਨੁੱਖ ਦੀ ਜ਼ਿੰਦਗੀ ਦਾ ਹਸ਼ਰ, ਕੈਸਾ ਜ਼ੁਲਮ ਹੋ ਰਿਹਾ ਹੈ ਜੀਵਨ ਨਾਲ, ਕੈਸਾ ਜ਼ੁਲਮ ਹੋ ਰਿਹਾ, ਪਰ ਪਤਾ ਹੀ ਨਹੀਂ, ਕੋਈ ਆਪਣਾ ਨਹੀਂ, ਕੇਵਲ ਤੇਲ ਜਲੇ ਤੱਕ, ਜਿੰਨੀ ਦੇਰ ਤੇਲ ਨਹੀਂ ਜਲਦਾ ਉਨੀ ਦੇਰ ਹੀ ਰੌਣਕ ਹੈ, ਮੁੜ ਕੇ ਕੋਈ ਰੌਣਕ ਨਹੀਂ। ਜਿਨ੍ਹਾਂ ਦੇ ਸਹਾਰੇ ਜੀਵਨ ਜਿਉਂਦਾ ਜਿਉਂਦਾ ਤੂੰ ਮਾਣ ਕਰਨਾ ਉਹ ਵੀ ਸਾਥੀ ਨਹੀਂ,
ਤੇਰਾ ਸਾਥ। ਕਹਿਣ ਲੱਗੇ ਇਸ ਮਨੁੱਖ ਦੀ ਜ਼ਿੰਦਗੀ ਤਾਂ ਮੰਨ ਲਓ ਇੱਕ ਐਸੇ ਅਨਿਆਏ ਵਿੱਚ ਪਿਸ ਰਹੀ ਹੈ, ਜ਼ੁਲਮ ਹੋ ਰਿਹਾ। ਇਹ ਮੌਤ ਜੰਮ ਜਿਹੜਾ ਉਹ ਹਰ ਇੱਕ ਦੇ ਪਿੱਛੇ ਲੱਗਾ ਹੋਇਆ, ਇਸ ਲਈ ਇਹ ਕਹਾਣੀ ਸਾਰਿਆਂ ਨਾਲ ਹੀ ਬੀਤਣੀ ਹੈ ਤੇ ਬੀਤ ਰਹੀ ਹੈ। ਇਹ ਸੰਸਾਰ ਦੀ ਕਹਾਣੀ ਸਾਗਰ ਕੀਤਾ ਹੈ, ਇਹ ਸੰਸਾਰ ਹੈ ਡਰ ਦਾ ਸਮੁੰਦਰ, ਭੈ ਸਾਗਰ। ਤੇ ਇਹ ਭੈ ਜਿਹੜਾ ਜੰਮਦਾ ਹੈ ਮੌਤ ਦਾ, ਇਹ ਸਾਰਿਆਂ ਦੇ ਸਿਰ ਤੇ ਹੈ। ਤੇ ਇਹ ਕਹਾਣੀ ਜਿਹੜੀ ਅਨਿਆਏ ਦੀ ਸਾਰਿਆਂ ਨਾਲ ਬੀਤ ਰਹੀ ਹੈ। ਇਸ ਲਈ ਭਰਿਆ ਇੱਕ ਗੱਲ ਯਾਦ ਰੱਖ, ਇੰਨਾ ਭੋਲਾ ਤੇ ਇੰਨਾ ਬਾਬਰਾ ਨਾ ਬਣ ਕਿ ਆਪਣੀ ਕਹਾਣੀ ਨੂੰ ਵੀ ਨਾ ਜਾਣਦਾ ਹੋਵੇ, ਤੈਨੂੰ ਪਤਾ ਹੋਵੇ ਆ ਜਿੰਨੇ ਅਡੰਬਰ ਤੇ ਜਿੰਨੀਆਂ ਖੂਬਸੂਰਤੀਆਂ ਤੇ ਜਿੰਨੇ ਤੇਰੇ ਰਿਸ਼ਤੇਦਾਰ ਮਿੱਤਰ ਦੋਸਤ ਚੁਫੇਰੇ ਨੇ ਨਾ, ਇਹ ਤਾਂ ਸਾਰੇ ਉਨੀ ਦੇਰ ਹੀ ਨੇ ਜਿੰਨੀ ਦੇਰ ਤੇਲ ਨਹੀਂ ਮੁੱਕਦਾ, ਤੇਲ ਨਹੀਂ ਮੁੱਕਦਾ। ਬਾਬਾ ਫਰੀਦ ਜੀ ਦੀ ਇੱਕ ਲਾਈਨ ਚੇਤੇ ਆਈ, ਕਹਿਣ ਲੱਗੇ ਸਖੀ ਪੁਕਾਰੇ ਚੇਚੜੀ ਸੁਨਹੋ ਵੀਰ ਮਸਾਨ, ਚਿਖਾ ਤੇ ਚੜੀ ਹੋਈ ਚੇਚੜੀ, ਚਿਖਾ ਤੇ ਚੜੀ ਹੋਈ ਸਤੀ ਮਸਾਨ ਭੂਮਿਕਾ ਨੂੰ ਪੁਕਾਰ ਕੇ ਇੱਕ ਆਵਾਜ਼ ਦਿੰਦੀ, ਕਹਿੰਦੀ ਸਖੀ ਪੁਕਾਰੇ ਚੇਚੜੀ ਸੁਨਹੋ ਵੀਰ ਮਸਾਨ, ਹੇ ਵੀਰਨ ਮਸਾਨ, ਲੋਕ ਸਮਾਇਆ ਚੱਲ ਗਏ ਹਮ ਤੁਮ ਕੰਮ ਲੈ। ਆ ਜਿੰਨੇ ਨਾਲ ਪਹੁੰਚਾਉਣ ਆਏ ਸਨ ਇਹਨਾਂ ਨੂੰ ਵੀ 15 ਮਿੰਟ ਹੀ ਖਲੋਣਾ ਹੈ। ਇਹ ਜਿਹੜੇ ਇੱਥੋਂ ਤੱਕ ਪਹੁੰਚਾਉਣ ਵਾਲੇ ਆਏ ਨੇ ਉਹ ਵੀ ਕਾਹਲੇ ਨੇ, ਕਦੋਂ ਛੇਤੀ ਇੱਥੋਂ ਵਾਪਸ ਲੈ ਜਾਈਏ। ਕਹਾਣੀ ਹੈ ਜ਼ਿੰਦਗੀ ਦੀ ਜਿਹੜੀ ਮਨ ਜੀਵ ਰਿਹਾ, ਬਾਬਾ ਕਬੀਰ ਜੀ ਯਾਦ ਕਰਾਉਂਦੇ ਨੇ ਤੇ ਕਹਿੰਦੇ ਨੇ ਚੇਤਨ ਹੋ ਕੇ ਰਹੇ। ਜੀਵਨ ਤਾਂ ਇੱਕ ਐਸਾ ਸੰਘਰਸ਼ ਹੈ ਜਿਹਦੇ ਵਿੱਚ ਕਿਸੇ ਪਹਿਲੂ ਤੋਂ ਮਨੁੱਖ ਜ਼ਰਾ ਅਵੇਸਲਾ ਹੋ ਜਾਏ, ਉਹ ਅਵੇਸਲਾਪਣ ਹੀ ਉਸ ਪਹਿਲੂ ਨੂੰ ਅਸਫਲ ਕਰ ਦਿੰਦਾ ਹੈ। ਇਸ ਲਈ ਜ਼ਰੂਰਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਆਪਣੇ ਜੀਵਨ ਦੀਆਂ ਅਸਲ ਕਹਾਣੀਆਂ ਨਾਲ ਨਾਲ ਸਮਝ ਕੇ ਚੇਤਨ ਰਹੀਏ। ਇਹਨਾਂ ਸ਼ਬਦਾਂ ਨਾਲ ਕਿ ਮੰਗਾ ਗਿਆ ਚਿਖਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।